ਜਨਾਬੇ ਅਲੀ, ਸ਼ੁਰੂ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਔਰ ਨਹਾਇਤ ਰਹਿਮ ਕਰਨੇ ਵਾਲਾ ਹੈ, ਮੇਰੇ ਸਾਰੇ ਬੇਲੀਆਂ ਨੂੰ, ਮੇਰੇ ਭਾਈਆਂ ਨੂੰ, ਪੂਰੀ ਦੁਨੀਆ ਦੇ ਸ਼ਿਕਾਰੀ ਭਾਈਆਂ ਨੂੰ, ਪਾਕਿਸਤਾਨ ਦੇ ਪਿਆਰੇ ਭਾਈਆਂ ਨੂੰ ਅਸਲਾਮ ਅਲੈਕਮ। ਬੇਲੀ, ਉਹ ਕੱਲ੍ਹ ਮੈਂ ਲੈ ਕੇ ਆਇਆ ਸੀ, ਜਿਹੜਾ ਕੱਲ੍ਹ ਪ੍ਰੋਗਰਾਮ ਲਾਇਆ ਸੀ ਉਹ ਟੋਕੇ ਦਾ ਸੀ। ਟੋਕੇ ਦੇ ਮਾਲਕ ਚੌਧਰੀ ਸ਼ਾਨੀ ਮੀਰਵਾਲ, ਰਾਜਾ ਨਾਤਕ ਭਾਈ ਜਾਨ, ਹਾਲ ਮੌਕਿਆ ਟੋਕਾ ਚੱਕ 227 ਗੱਗੋ ਮੰਡੀ 'ਚ ਹੈ। ਪੂਰੇ ਵਾਲੇ ਨੂੰ ਮੂੰਹ ਹੋਵੇ ਤਾਂ ਖੱਬੇ ਪਾਸੇ 227 ਹੈ ਅਤੇ ਬਾ ਮੁਕਾਬਲਾ ਗਾਂਢੀ ਜੋੜ, ਕੁੱਤੇ ਦਾ ਨਾਂ ਪਾਵਰ, ਉਹ ਸੱਜੇ ਹੱਥ ਹੈ ਜੀ ਚੱਕ 81। ਬੇਲੀਓ, ਇੱਕ ਪਾਸ ਯਾਨੀ ਦਰਮਿਆਨ 'ਚ ਸੜਕ ਹੀ ਹੈ ਬੂਰੇਵਾਲਾ ਰੋਡ, ਇੱਕ ਪਾਸੇ ਪਾਵਰ ਤਾਂ ਇੱਕ ਪਾਸੇ ਟੋਕਾ, ਆਪਸ 'ਚ ਹਮਸਾਏ ਵੀ ਹੈ, ਇੱਕ ਇਲਾਕਾ ਗੱਗੋ ਮੰਡੀ ਬੂਰੇਵਾਲਾ ਜ਼ਿਲ੍ਹਾ ਵਿਹਾੜੀ, ਬੜੇ ਕਾਬਲੇ ਇਹਤਰਾਮ ਭਾਈ ਹੈ। ਬੇਲੀਓ, ਅੱਜ ਮੈਂ ਪ੍ਰੋਗਰਾਮ ਲੈ ਕੇ ਆਇਆ ਪਾਵਰ 3 ਮੈਚ ਵਿਨਰ, ਸੱਜਣੋ ਕਿੰਗ ਬੀਟਲ ਦਾ ਬੱਚਾ, ਕਿੰਗ ਪਾਵਰ। ਬੇਲੀਓ, ਦੋਨਾਂ ਜਾਨਵਰਾਂ ਦੀ ਹਾਈਟ ਤਕਰੀਬਨ 31 ਇੰਚ, ਟੋਕਾ ਵੀ 31 ਇੰਚ, ਪਾਵਰ ਵੀ 31 ਇੰਚ। 3.5 ਸਾਲ ਦਾ ਟੋਕਾ ਹੈ, ਕੁ 2 ਮਹੀਨੇ ਉੱਤੇ ਹੈ, 3.5 ਸਾਲ ਦਾ ਪਾਵਰ ਹੈ, ਇਹ ਵੀ ਕੁ 2 ਮਹੀਨੇ ਉੱਤੇ ਹੈ। ਟੋਕਾ ਕਾਲੇ ਰੰਗ ਦਾ, ਪਾਵਰ ਰੱਤੇ ਰੰਗ ਦਾ। ਜਨਾਬੇ ਅਲੀ, ਪਾਵਰ ਦੇ ਮਾਲਕ ਚੌਧਰੀ ਅਖਤਰ, ਸਰਪ੍ਰਸਤ ਅਲਾਲ ਪਾਕਿਸਤਾਨ ਪਾਕ ਲਾਹੌਰ ਗਰੁੱਪ, ਔਰ ਸੋਹਣਾ ਵੀਰ ਸੀਨੀਅਰ ਸਰਪ੍ਰਸਤ ਅਲਾ ਹਾਜੀ ਮਲਕ ਸ਼ੌਕਤ ਆਫ ਕੁੰਜਾ ਗੁਜਰਾਤ, ਸਦਰ ਬਾਬੂ ਅਮਜਦ ਭੱਟ ਸਾਹਿਬ, ਦਾਨਿਸ਼ ਭੱਟ ਸਾਹਿਬ, ਨੈਬ ਸਦਰ ਅਖਤਰ ਸਲਦੇਰਾ ਸਾਹਿਬ, ਅਖਤਰ ਭਾਈ ਦੇ ਲਾਡਲੇ ਚੌਧਰੀ ਨੁਮਾਨ ਅਸਲਮ, ਸਰਦਾਰ ਜੀ ਸ਼ਹਿਜ਼ਾਦ, ਚੌਧਰੀ ਬਾਸਤ, ਚੌਧਰੀ ਨਿਸ਼ਾਵਰ, ਚੇਅਰਮੈਨ ਚੌਧਰੀ ਅਦਨਾਨ ਅਫਜ਼ਲ, ਅਰਾਈ ਚੇਅਰਮੈਨ ਮਿੱਠੂ ਬਾਜਵਾ ਸਾਹਿਬ, ਚੌਧਰੀ ਵਿਕਾਸ ਵਿੱਕੀ ਭਾਈ ਜਾਨ, ਚੌਧਰੀ ਅਮਦਾਦ ਹੁਸੈਨ ਚੱਦੜ, ਚੌਧਰੀ ਸ਼ਹਿਜ਼ਾਦ ਨੰਬਰਦਾਰ ਹਾਲ ਮੁਕੀਮ ਸਪੇਨ, ਪੂਰੇ ਪਾਕ ਲਾਹੌਰ ਗਰੁੱਪ ਦਾ ਜੀ ਕੁੱਤਾ ਪਾਵਰ। ਬੇਲੀਓ, ਜਿਹਨੂੰ ਅੱਲਾ ਦੇ ਚਾਸਾ ਸੀ ਅਤੇ ਅੱਗੇ ਨਾਲੋਂ ਵਾਧਾ ਸੀ, ਸ਼ਾਕਰ ਕਹਿੰਦਾ ਹੁੰਦਾ ਬਣਸਣ ਚੱਸਾਂ ਅਤੇ ਔਸਣ ਸਵਾਦ। 17 ਦਸੰਬਰ 2023 ਪਾਕਿਸਤਾਨ ਦਾ ਵਰਲਡ ਕੱਪ ਆ ਗਿਆ ਪਾਵਰ ਦਾ ਮੁਕਾਬਲਾ ਟੋਕਾ। ਸੱਜਣੋ ਤਾਂ ਬੇਲੀਓ, ਬਲੱਡ ਲਾਈਨ ਮਾਂ ਸਾਈਡ, ਜਿਸ ਤਰ੍ਹਾਂ ਟੋਕੇ ਦੀ ਬਹੁਤ ਅੱਛੀ ਹੈ, ਇਸੇ ਤਰ੍ਹਾਂ ਹੀ ਪਾਵਰ ਦੀ ਮਾਂ ਸਾਈਡ ਬਲੱਡ ਲਾਈਨ ਬੱਲੇ। ਬੇਲੀਓ, ਕੀ ਯਾਦ ਰੱਖੋਗੇ, ਬਹੁਤ ਅੱਛੀ ਬਲੱਡ ਲਾਈਨ। ਸਰ ਪਿਆਰੇ ਭਾਈਓ, ਪਾਵਰ 3 ਮੈਚ ਲੜਿਆ, ਪਹਿਲਾ ਮੈਚ ਲੜਿਆ ਸੀ ਆਲ ਪਾਕਿਸਤਾਨ ਪਾਕ ਲਾਹੌਰ ਗਰੁੱਪ ਦਾ ਜ਼ਾਤੀ ਕੁੱਤਾ ਪਾਵਰ ਬਾ ਮੁਕਾਬਲਾ ਪਾਕ ਇਸਲਾਮਾਬਾਦ ਕਸ਼ਮੀਰ ਗਰੁੱਪ, ਰਾਜਾ ਅਬਦ ਚੌਧਰੀ ਅਨਸਰ ਜਾਮ ਉਹਨਾਂ ਦੇ ਕੁੱਤਿਆਂ ਨਾਲ ਲੜਿਆ ਸੀ ਜੀ। ਉੱਥੇ ਬਾਊ ਜੀ ਬਾਊ ਅਮਜਦ ਭੱਟ ਸਾਹਿਬ ਖੁਦ ਹੀ ਸਾਲਸ ਸੀ। ਪਾਵਰ ਲੜਿਆ ਜੀ 20 ਮਿੰਟ,
ਅਗਲਾ ਕੁੱਤਾ ਵੀ ਬਹੁਤ ਅੱਛਾ ਸੀ। ਬੜੇ ਬੜੇ ਕੁੱਤਿਆਂ ਨੇ ਇੱਕ ਦੂਸਰੇ ਨੂੰ ਜਵਾਬ ਦਿੱਤੇ ਅਤੇ ਬੜਾ ਮੁਕਾਬਲਾ ਕੀਤਾ, ਪਾਵਰ 20 ਮਿੰਟਾਂ ਦੇ ਬਰਾਬਰ। ਫਿਰ ਜਨਾਬੇ ਅਲੀ ਪਾਵਰ ਦਾ ਦੂਸਰਾ ਮੈਚ, ਵਰਲਡ ਕੱਪ ਮੈਚ, ਮੰਡੀ ਬਹਾਉਦੀਨ ਬਾ ਮੁਕਾਬਲਾ ਬਿੱਲਾ। ਬਿੱਲੇ ਦੇ ਮਾਲਿਕ ਮਾਨੀ ਭਾਈ ਆਫ ਗਡਾਰੀ, ਰਜਤ ਸਾਹਿਬ। ਬਿੱਲਾ ਲੜਿਆ 15 ਮਿੰਟ, ਲੇਕਿਨ ਆਖਿਰ 'ਤੇ ਬਰਦਾਸ਼ਤ ਨਾ ਕਰ ਸਕਿਆ, ਬੁਰੀ ਸ਼ਿਕਸਤ ਹੋਈ ਬਿੱਲੇ ਨੂੰ। ਜਨਾਬੇ ਅਲੀ ਪਾਵਰ ਉੱਥੇ ਜਿੱਤ ਗਿਆ, ਬਹੁਤ ਬਹੁਤ ਅੱਛੇ ਨੰਬਰਾਂ ਨਾਲ, ਬੜੇ ਅੱਛੇ ਪੁਆਇੰਟਾਂ ਨਾਲ। ਬਿੱਲੇ ਨੇ ਵੀ ਤਨ ਮਨ ਲਾ ਤਾ, ਲੇਕਿਨ ਬਹੁਤ ਚੰਗਾ ਕੁੱਤਾ ਸੀ, ਲੇਕਿਨ ਨਹੀਂ, ਕੰਮ ਨਹੀਂ ਆਈ, ਉਹ ਸਾਰੀ ਜਾਨ ਮਾਰੀ ਹੋਈ। ਤੀਸਰਾ ਮੈਚ ਪਤੋਕੀ ਬਾ ਮੁਕਾਬਲਾ ਪਾਕ ਇੰਟਰਨੈਸ਼ਨਲ ਮੀਆਂ ਅਖਤਰ ਰਾਂਧੂ ਗਰੁੱਪ, ਤਾਰਕ ਮਿਓਵਾਲੇ ਅਲੀ ਇਮਰਾਨ ਭੁੱਟੇਵਾਲਾ। ਕੁੱਤਾ ਬਹੁਤ ਅੱਛਾ ਤਾਰਕ ਮਿਓਵਾਲਾ, 32.5 ਇੰਚ ਸੀ ਰੱਤਾ, ਬੜਾ ਚੰਗਾ ਸੀ ਉਹ। ਉਹਦੇ ਨਾਲ ਗਾਂਢ ਹੀ ਹੋਇਆ ਜੀ ਪਾਵਰ। ਆ ਕੇ ਲਾਇਆ 1.5 ਮਿੰਟ ਮਿਓਆਂ ਵਾਲੇ ਨੇ, ਲੇਕਿਨ ਪਾਵਰ ਨੇ ਬਹੁਤ ਅੱਛਾ ਨੱਕ ਮਾਰਿਆ, ਬਸ ਉੱਥੇ ਗੇਮ ਖਤਮ ਹੋ ਗਈ। ਮਿਓਆਂ ਵਾਲਾ ਬੋਲ ਗਿਆ ਸੀ ਅਤੇ ਪਾਵਰ ਬਸ 2 ਮਿੰਟਾਂ 'ਚ ਜਿੱਤ ਗਿਆ ਸੀ ਜੀ ਪੱਤੋ ਕੀ। ਬਹੁਤ ਅੱਛੇ 3 ਮੈਚ, ਇਹੋ ਹੀ ਵਾਧਾ ਹੈ ਕਿ ਟੋਕਾ 1 ਮੈਚ ਲੜਿਆ, ਪਾਵਰ 3 ਮੈਚ ਲੜਿਆ। ਬੇਲੀਓ ਆਹਮਣੇ ਸਾਹਮਣੇ, ਇੱਕ ਪਾਸੇ ਸੱਜੇ ਪਾਸੇ ਚਾਕੇ ਕਾਸੀ ਚੌਧਰੀ ਅਖਤਰ ਭਾਈ ਦਾ ਅਤੇ ਖੱਬੇ ਪਾਸੇ ਰਾਜਾ ਨਾਤਕ ਭਾਈ ਦਾ ਪਿੰਡ ਹੈ, 227 ਉੱਥੇ ਟੋਕਾ ਹੈ। ਬੜੇ ਖੂਬਸੂਰਤ ਡਾਇਲਾਗ, ਬੜੀਆਂ ਖੂਬਸੂਰਤ ਗੱਲਾਂ, ਸਾਰੇ ਹੀ ਕਿੰਗ, ਸਾਰੇ ਹੀ ਚੈਂਪੀਅਨ, ਸਾਰੇ ਹੀ ਬਹੁਤ ਚੰਗੇ। 3 ਮੈਚ ਦੱਸੇ ਜਨਾਬੇ ਅਲੀ ਤੁਹਾਨੂੰ ਮੈਂ ਪਾਵਰ ਦੇ, ਕਿਆ ਬਾਤ ਹੈ ਪਾਵਰ ਦੇ। ਸਪਰਿੰਗ ਵਲੈਤੀ ਖਰਨਾਲੇ ਸਾਂਭ ਪ੍ਰੈਕਟਿਸ ਜੀਓ ਚੌਧਰੀ ਨੁਮਾਨ ਅਸਲਮ, ਜੀਓ ਚੌਧਰੀ ਬਾਸਤ, ਜੀਓ ਵਾਰਸ ਅਖਤਰ ਭਾਈ ਦੇ ਬਹੁਤ ਬੰਦੇ, ਬੜੇ ਫੌਜੀ ਹੈ ਡਿਊਟੀਆਂ 'ਤੇ ਤਾਇਨਾਤ, ਤਿਆਰੀ ਦਾ ਜੇ ਫਰਕ ਨਾ ਆ ਜਾਏ। ਕੁੱਤਾ ਟੋਕਾ ਵੀ ਬੜਾ ਚੰਗਾ, ਬੜੀਆਂ ਚੀੜਾਂ, ਬੜੇ ਚੰਗੇ ਮੂੰਹ ਰੱਖਦਾ ਪਾਵਰ, ਕਿਆ ਬਾਤ ਹੈ ਜੀ। ਪੂਰੀ ਪਾਕਿਸਤਾਨ ਦਾ, ਪੂਰੀ ਦੁਨੀਆ ਦਾ ਫੇਵਰਟ ਜਾਨਵਰ। ਕਮੈਂਟ ਆਏ ਜੀ ਕੱਲ੍ਹ, ਕਮੈਂਟ ਜਿਹੜਾ ਮੈਂ ਕੱਲ੍ਹ ਪ੍ਰੋਗਰਾਮ ਲਾਇਆ ਟੋਕੇ ਦਾ, ਉਹਦੇ 'ਚ ਕਾਫੀ ਲੋਕਾਂ ਨੇ ਟੋਕਾ ਫੇਵਰਟ ਬਣਾਇਆ, ਬਹੁਤ ਸਾਰੇ ਲੋਕਾਂ ਨੇ ਪਾਵਰ ਨੂੰ ਫੇਵਰਟ ਬਣਾਇਆ। ਸੱਜਣੋ ਤਾਂ ਬੇਲੀਓ ਬਲੱਡ ਲਾਈਨ ਦੱਸਣ ਤੋਂ ਪਹਿਲੇ, ਪਾਵਰ ਦੀ ਬਹੁਤ ਦਫ਼ਾ ਲੋਕਾਂ ਨੇ ਵੀਡੀਓ ਦੇਖੀ ਹੈ, ਉਹ ਦੇਖੋ, ਕਿਉਂਕਿ 3-4 ਜਗ੍ਹਾ ਤੋਂ ਵੀਡੀਓ ਲੈਣੀਆਂ ਪੈਂਦੀਆਂ ਹੈ। ਥੋੜ੍ਹੇ ਦਿਨ ਪਹਿਲੇ ਮੈਂ ਇੰਟਰਵਿਊ ਕੀਤਾ ਸੀ ਚੌਧਰੀ ਅਖਤਰ ਭਾਈ ਦਾ, ਉਦਣ ਵੀ ਪਾਵਰ ਦੀ ਵੀਡੀਓ ਦਿਖਾਈ ਆ, ਉਹ ਦੇਖੋ ਵੀਡੀਓ ਪਾਵਰ ਦੀ। ਫਿਰ ਬਲੱਡ ਲੈਣ ਇਕੱਠਾ ਪ੍ਰੋਗਰਾਮ ਬਣਾਉਣਾ ਸੀ, ਲੇਕਿਨ ਉਹ ਬਹੁਤ ਲੰਬਾ ਚੌੜਾ ਕੰਮ ਹੋ ਜਾਂਦਾ, ਪਾਵਰ ਬਾ ਮੁਕਾਬਲਾ ਟੋਕਾ,
ਲੇਕਿਨ ਮੈਂ ਕੱਲ ਸਿਰਫ ਟੋਕੇ ਦੀ ਹਿਸਟਰੀ ਦੱਸੀ ਸੀ, ਅੱਜ ਪਾਵਰ ਦੀ ਹਿਸਟਰੀ ਦੱਸ ਰਿਹਾ ਸਾਰੇ ਬੇਲੀਆਂ ਨੂੰ, ਤਾਂ ਕਿ ਛੋਟਾ ਪ੍ਰੋਗਰਾਮ, ਥੋੜ੍ਹਾ ਟਾਈਮ, ਤਾਂ ਕਿ ਲੋਕ ਦਿਲਚਸਪੀ ਨਾਲ ਦੇਖ ਸਕਣ। ਮੇਰੇ ਬੇਲੀਆਂ ਦਾ ਜ਼ਾਤੀ ਯੂਟਿਊਬ ਚੈਨਲ ਅਸਦ ਗਿਲਾਨੀ ਟੀ ਵੀ ਚੈਨਲ, ਮੇਰੇ ਬੇਲੀਆਂ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਮਿਹਰਬਾਨੀ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ। ਬਹੁਤ ਅੱਛੇ ਪ੍ਰੋਗਰਾਮ, ਕੋਸ਼ਿਸ਼ ਕਰੂੰਗਾ ਕੱਲ੍ਹ ਪਟੋਲਾ ਤਹਿਸੀਲਦਾਰ ਅਦਨਾਨ ਕਿਆਨੀ ਵਾਲਾ, ਗੁਲਾਮ ਅਹਿਮਦ ਮਘਿਆਣੇ ਵਾਲਾ ਅਤੇ ਚੌਧਰੀ ਰਮਜ਼ਾਨ ਵਾਲਾ, ਪੀਰ ਮਹੱਲਾ ਵਾਲਾ, ਜਿੱਥੇ ਪਟੋਲਾ ਜੰਮਿਆ ਸੀ। ਬੜੀ ਅੱਛੀ ਹਿਸਟਰੀ ਪਟੋਲੇ ਦੀ ਕੱਲ੍ਹ, ਬਹੁਤ ਅੱਛਾ ਪ੍ਰੋਗਰਾਮ ਬੇਲੀਓ, ਤੁਹਾਡਾ ਆਪਣਾ ਯੂਟਿਊਬ ਚੈਨਲ ਹੈ, ਬਹੁਤ ਸ਼ੁਕਰੀਆ। ਅਸਦ ਗਿਲਾਨੀ ਟੀ ਵੀ ਚੈਨਲ ਆਓ, ਦੇਖੋ ਪਾਵਰ ਦੀ ਵੀਡੀਓ, ਫਿਰ ਬਲੱਡ ਲੈਣ ਜਾ ਰਿਹਾ ਜੀ ਪਾਵਰ ਮੈਚ ਵਿਨ ਕਰਕੇ ਜੀ। ਉਹ ਪਾਵਰ ਜੀ ਲੋਰੀ ਦੀ ਯਾਦ ਤਾਜ਼ਾ ਕਰ ਸੁੱਟੀ ਹੈ, ਪਾਵਰ ਅਰਦਾਸ ਛੱਡਿਆ ਵੀ ਮੇਰੇ ਵੇ ਲੋਰੀ ਦਾ ਫੋਨ ਹੈ, ਹਾਏ ਉਹ ਪਾਵਰ ਹਾਏ। ਸੱਜਣੋ ਤਾਂ ਬੇਲੀਓ, ਪਿਆਰੇ ਭਾਈਓ, ਸ਼ਿਕਾਰੀ ਭਾਈਓ, ਆਪਣੇ ਆਪਣੇ ਅੰਦਾਜ਼ੇ, ਆਪਣੇ ਆਪਣੇ ਪ੍ਰੋਗਰਾਮ। ਕੋਈ ਲਾਹੌਰ ਗਰੁੱਪ ਨੂੰ ਸਪੋਰਟ ਕਰ ਰਿਹਾ, ਕੋਈ ਨੈਸ਼ਨਲ ਦੰਦ ਪਟਵਾਰ ਗਰੁੱਪ ਨੂੰ ਸਪੋਰਟ ਕਰ ਰਿਹਾ। ਜਮਹੂਰੀਅਤ ਹੈ, ਹਰ ਬੰਦੇ ਨੂੰ ਹੱਕ ਹੈ ਆਪਣੀ ਆਪਣੀ ਰਾਏ ਦਾ, ਸ਼ੌਕ ਸ਼ਿਕਾਰ 'ਚ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ। ਮੈਨੂੰ ਜਿਹੜੀ ਹੁਣ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਪਾਕ ਲਾਹੌਰ ਗਰੁੱਪ ਨੇ, ਉਹ ਮੈਂ ਤੁਹਾਨੂੰ ਪ੍ਰੋਗਰਾਮ ਪੇਸ਼ ਕਰਤਾ। ਇਸੇ ਤਰ੍ਹਾਂ ਕੱਲ੍ਹ ਟੋਕੇ ਦੀ ਸਾਰੀ ਮਲੂਮਾਤ ਦਿੱਤੀ ਹੈ ਰਾਜਾ ਨਾਤਕ ਭਾਈ ਨੇ, ਉਹ ਮੈਂ ਕੱਲ੍ਹ ਪੇਸ਼ ਕਰਤਾ ਸੀ। ਬਲੱਡ ਲਾਈਨ ਪਾਵਰ ਦੀ, ਸਾਰੇ ਪਾਕਿਸਤਾਨ ਨੂੰ, ਪੂਰੀ ਦੁਨੀਆਂ ਨੂੰ ਪਤਾ ਕਿ ਪਾਵਰ ਲਾਹੌਰੀ ਦਾ ਪੋਤਰਾ ਤਾਂ ਬੀਟਲ ਦਾ ਬੱਚਾ ਹੈ, ਕਿੰਗ ਲਾਹੌਰੀ ਚੈਂਪੀਅਨ ਮਰਿਆ ਜੀ ਲਾਹੌਰੀ। ਬੀਟਲ ਹਾਲੇ ਵੀ ਹਯਾਤ ਹੈ, ਜ਼ਿੰਦਾ ਹੈ, ਸਰਗੋਧੇ ਹੈ, ਚੌਧਰੀ ਅਯਾਜ਼ ਵੜੈਚ ਕੋਲ ਹੈ, ਹਾਲ ਮੁਕੀਮ ਨਾਰਵੇ।
ਜੀ ਉਹ ਚੌਧਰੀ ਚੌਧਰੀ ਆਜ਼ਾਦ ਵੜੈਚ, ਕਿਆ ਬਾਤ ਹੈ ਵੀਰ ਦੀ, ਖੈਰ ਹੋਵੇ। ਲੋਰੀ ਬਲੱਡ ਲੈਣ ਦੇ ਜਿਹੜੇ ਜਿਹੜੇ ਵੀ ਕੁੱਤੇ ਅੱਗੇ ਆਏ ਆ, ਧੁੰਮਾਂ ਪੈ ਗਈਆਂ, ਨਹੀਂ ਵੀ ਪਾਸ ਹੋਏ, ਇੱਕ ਲਹਿਦਾ ਗੱਲ ਹੈ, 100% ਰਿਜ਼ਲਟ ਨਹੀਂ ਹੈ, ਵਿੱਚੋਂ ਫੇਲ ਵੀ ਹੋਏ ਹੈ। ਅਸਲ ਚੀਜ਼ ਹੈ ਪਾਵਰ ਦੀ ਮਾਂ ਸਾਈਡ ਬਲੱਡ ਲੈਣ। ਬੇਲੀਓ ਤਾਂ ਸਜਣੋ ਮਾਂ ਸਾਈਡ ਜਨਾਬ ਕੁੱਤੀ ਸਵਾਈ ਸੀ ਮਲਿਕ ਸ਼ਾਹ ਦਵਾਨ ਬੋਧਾ ਬਾਈ ਵਾੜਾ ਪਿੰਡ ਲਾਹੌਰ, ਚੇਅਰਮੈਨ ਪਾਕ ਇਤਫਾਕ ਗਰੁੱਪ ਜਨਾਬ ਅਬੂ ਸਈਦ ਕੁਰੈਸ਼ੀ ਭਾਈ ਮਰਹੂਮ, ਉਹਨਾਂ ਦੇ ਸ਼ੌਕ ਸ਼ਿਕਾਰ ਦੀ ਬਲੱਡ ਲੈਣ ਦੇ ਬੜੇ ਸ਼ੌਕੀਨ ਹੈ ਬੋਧਾ ਬਾਈ। ਜਨਾਬ ਅਬੂ ਸਈਦ ਕੁਰੈਸ਼ੀ ਭਾਈ ਦੇ ਸ਼ੌਕ ਸ਼ਿਕਾਰ ਦੀ ਬਲੱਡ ਲੈਣ ਦੀ ਕੁੱਤੀ ਸੀ, ਉਹਦੇ 'ਤੇ ਕੁੱਤਾ ਕਰਾਸ ਹੋਇਆ ਜਨਾਬ ਮੁਹਤਰਮ ਚੌਧਰੀ ਸ਼ਬੀਰ ਸੰਧੂ ਸਾਹਿਬ ਵਾਲਾ। ਉਹ ਕੁੱਤੀ ਸੂਈ ਮਲਿਕ ਬੋਧਾ ਸਾਹਿਬ ਦੇ ਕੋਲ, ਉੱਥੋਂ ਗੁਲਰੀ ਗੁੱਲਰ ਲਿਆਂਦਾ ਮਲਿਕ ਖਾਦਮ ਅਵਾਨ ਰੋਡੇ ਪਿੰਡ ਪੱਤੋਕੀ ਨਵਾਬ ਇਬਨੇ ਨਵਾਬ, ਕਿਆ ਬਾਤ ਹੈ ਵਾਕਿਆ ਹੀ ਨਵਾਬ ਹੈ। ਉਹ ਗੁਲਰੀ ਗੁੱਲਰ ਲੈ ਕੇ ਆਏ ਉੱਥੋਂ, ਗੁੱਲਰ ਦੀਆਂ ਕੁਛ ਲੱਤਾਂ ਠੀਕ ਨਾ ਰਹੀਆਂ ਅਤੇ ਗੁਲਰੀ ਜਦੋਂ ਬੜੀ ਹੋਈ, ਬਾਬੂ ਅਮਜਦ ਭੱਟ ਸਾਹਿਬ ਨੇ ਇੱਕ ਘੁਰੇ ਵਾਸਤੇ ਉੱਥੋਂ ਮੰਗ ਲਈ, ਉਹਦੇ 'ਤੇ ਕ੍ਰਾਸ ਕਰਾਇਆ ਬੀਟਲ ਅਤੇ ਜੰਮਿਆ ਪਾਵਰ। ਚੌਧਰੀ ਸ਼ਬੀਰ ਸੰਧੂ ਵਾਲੇ ਕੁੱਤੇ ਦੀ ਧੀ, ਉਹਦੇ 'ਤੇ ਬੀਟਲ ਕ੍ਰਾਸ ਹੋਇਆ ਅਤੇ ਜੰਮਿਆ ਪਾਵਰ। ਪਿੱਛਿਓਂ ਅਬੂ ਸਈਦ ਕੁਰੈਸ਼ੀ ਭਾਈ ਮਰਹੂਮ, ਉਹਨਾਂ ਦੇ ਸ਼ੌਕ ਸ਼ਿਕਾਰ ਦੀ ਬਲੱਡ ਲੈਣ, ਕਿਆ ਬਾਤ ਹੈ। ਪਾਵਰ ਮਾਂ ਸਾਈਡ ਬਹੁਤ ਚੰਗੀ ਬਲੱਡ ਲੈਣ, ਜਿਸ ਤਰ੍ਹਾਂ ਟੋਕੇ ਦੀ ਬਹੁਤ ਅੱਛੀ ਬਲੱਡ ਲੈਣ ਹੈ ਨਾ, ਅੰਗਾਰੇ ਦੀ ਭੈਣ ਦਾ ਬੱਚਾ, ਇਸੇ ਤਰ੍ਹਾਂ ਇਹ ਵੀ, ਇਹਦੀ ਨਾਨੀ ਵੀ ਬਾਦਲ ਦੀ ਭੈਣ ਸੀ, ਮਲਿਕ ਸ਼ਾਹ ਦਵਾਨ ਬੋਧਾ ਭਾਈ ਵਾਲਾ ਬਾਦਲ, ਉਹਦੀ ਭੈਣ ਸੀ, ਉਸ ਬਲੱਡ ਲੈਣ ਦੀ ਕੁੱਤੀ ਸੀ। ਕਿਆ ਬਾਤ ਹੈ ਬੇਲੀਓ, ਮਜ਼ੇ ਅਤੇ ਮਾਈਆ 17 ਦਸੰਬਰ ਨੂੰ ਆਉਣਗੇ, ਹੁਣ ਤੁਸੀਂ ਦੱਸੋ ਮੈਨੂੰ ਕਿਹੜਾ ਮਾਰੇਗਾ। ਕੱਲ੍ਹ ਵੀ ਮੈਂ ਕਿਹਾ ਸੀ ਇਹ ਮੈਚ ਮਾਮੂਲੀ ਗੱਲ ਹੈ, 15 ਮਿੰਟਾਂ ਤੱਕ ਤਾਂ ਕੁੱਤੇ ਬਰਾਬਰ, ਬਹੁਤ ਬਰਾਬਰ ਮੁਕਾਬਲਾ ਕਰਨਗੇ, ਅੱਗੇ ਕੀ ਹੋਏਗਾ, ਜੇ ਲੰਬੇ ਚਲੇ ਗਏ ਤਾਂ 20 ਮਿੰਟ 'ਤੇ ਜਾਣਗੇ ਕੁੱਤੇ। ਲੇਕਿਨ ਇਹ ਗਾਂਢੀ ਜੋੜ ਹੈ, ਇਹ ਤੋੜੋ ਤੋੜੇ ਦਾ ਕੋਈ ਟਾਈਮ ਨਹੀਂ, ਮੇਰੇ ਬੇਲੀ ਦੱਸਣਗੇ। ਮੈਂ ਕਿਹਾ ਸੀ ਜਦੋਂ ਮਿਓਂ ਵਾਲੇ ਨਾਲ ਲੜਿਆ ਸੀ ਪਾਵਰ, ਕਿ ਮਿਓਂ ਵਾਲੇ ਨੂੰ ਮਾਰੇਗਾ ਤਾਂ ਪਾਵਰ ਨੂੰ ਮੰਨਾਂਗੇ, ਮੈਂ ਤਾਂ ਉਦੋਂ ਮੰਨ ਗਿਆ ਸੀ ਜੀ। ਮੇਰੇ ਬੇਲੀਆਂ ਦੀ ਖੈਰ, ਮੇਰੇ ਸੱਜਣਾਂ ਦੀ ਖੈਰ, ਇਹ ਪਾਵਰ ਦਾ ਸ਼ੌਕ ਸ਼ਿਕਾਰ ਹੈ ਬੇਲੀਓ। ਪਾਕ ਲਾਹੌਰ ਗਰੁੱਪ ਦੇ ਸਾਰੇ ਬੇਲੀ ਬਹੁਤ ਅੱਛੇ, ਬਹੁਤ ਪਿਆਰੇ, ਸਾਰਿਆਂ ਦੀ ਅੱਲਾ ਖੈਰ ਕਰੇ ਜੀ। ਉਹ ਸਰਦਾਰ ਜੀ ਸ਼ਹਿਜ਼ਾਦ, ਪਾਵਰ ਦੇ 2 ਬੱਚੇ ਆ ਤੁਹਾਡੇ ਕੋਲ, ਅੱਲਾ ਤੁਹਾਨੂੰ ਕਾਮਯਾਬ ਕਰੇ। ਜ਼ਾਲਮਾ ਕੋਕਾ ਕੋਲਾ ਪਿਲਾ ਦੇ, ਆ ਗਿਆ ਸਰਦਾਰ ਜੀ ਸ਼ਹਿਜ਼ਾਦ, ਆ ਗਿਆ ਪਾਕ ਲਾਹੌਰ ਗਰੁੱਪ ਜੀ। ਉਹ ਚੌਧਰੀ ਅਖਤਰ ਭਾਈ ਜਾਨ, ਪਾਕਿਸਤਾਨ ਜ਼ਿੰਦਾਬਾਦ।